ਹਾਲੇਲੂਯਾ ਪਾਸਟਰ ਜੀ ਇਹ ਵੀ ਬਹੁਤ ਅਦਭੁਤ ਗਵਾਹੀ ਆ ਪਰਮੇਸ਼ਰ ਨੇ ਇਹਨਾਂ ਨੂੰ ਅਦਭੁਤ ਗਵਾਹੀ ਦੇ ਨਾਲ ਖੜਾ ਕੀਤਾ ਪਾਸਟਰ ਜੀ ਦਲਜੀਤ ਕੌਰ ਇਸ ਸਿਸਟਰ ਦਾ ਨਾਮ ਆ ਰਾਹੋਂ ਤੋਂ ਗੱਲ ਕਰ ਰਿਹਾ ਪਾਸਟਰ ਜੀ ਇਹ ਗਵਾਹੀ ਸਿਸਟਰ ਜੀ ਦੀ ਆਪਣੀ ਆ ਕਿ ਇਹਨਾਂ ਨੂੰ ਬਚਪਨ ਤੋਂ ਪਾਸਟਰ ਜੀ ਖੱਬੇ ਕੰਨ ਤੋਂ ਬਿਲਕੁਲ ਵੀ ਸੁਣਦਾ ਨਹੀਂ ਸੀ ਪਾਸਟਰ ਜੀ ਔਰ ਇਹਨਾਂ ਦੇ ਕੰਨ ਦੇ ਵਿੱਚ ਆਲਵੇਜ਼ ਭਾਰੀ ਭਾਰੀ ਰਹਿੰਦਾ ਸੀ ਪਾਸਟਰ ਜੀ ਇਹਨਾਂ ਨੇ ਇੱਕ ਵਾਰੀ ਆਪਣੇ ਕੰਨ ਦੇ ਵਿੱਚ ਇਸੇ ਤਰ੍ਹਾਂ ਹੇਅਰ ਪਿੰਨ ਮਾਰ ਲਈ ਪਾਸਟਰ ਜੀ ਉਹਦੇ ਕਰਕੇ ਇਹਨਾਂ ਦੇ ਕੰਨ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ ਪਾਸਟਰ ਜੀ ਇਹਨਾਂ ਨੇ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਇਹਨਾਂ ਨੂੰ ਮੈਡੀਸਨਸ ਦਿੱਤੀਆਂ ਪਰ ਮੈਡੀਸਨਸ ਖਾਣ ਦੇ ਨਾਲ ਪਾਸਟਰ ਜੀ ਇਹਨਾਂ ਨੂੰ ਬਿਲਕੁਲ ਵੀ ਆਰਾਮ ਨਹੀਂ ਮਿਲਿਆ ਇਹਨਾਂ ਦਾ ਕੰਨ ਬੰਦ ਹੋ ਗਿਆ ਇਹਨਾਂ ਨੂੰ ਬਿਲਕੁਲ ਵੀ ਸੁਣਦਾ ਨਹੀਂ ਸੀਗਾ ਔਰ ਪਾਸਟਰ ਜੀ ਇਸ ਕਰਕੇ ਸਿਸਟਰ ਬਹੁਤ ਜ਼ਿਆਦਾ ਪਰੇਸ਼ਾਨ ਸੀ ਡਾਕਟਰ ਇਹਨਾਂ ਨੂੰ ਕਹਿੰਦੇ ਸੀ ਨਹੀਂ ਕੋਈ ਪ੍ਰੋਬਲਮ ਨਹੀਂ ਆ ਪਰ ਪਾਸਟਰ ਜੀ ਇਸ ਸਿਸਟਰ ਨੂੰ ਬਿਲਕੁਲ ਸੁਣਦਾ ਨਹੀਂ ਸੀਗਾ ਇਸ ਕਰਕੇ ਇਸ ਸਿਸਟਰ ਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਪਾਸਟਰ ਜੀ ਇਹ ਰੈਗੂਲਰ ਆਪਣੇ ਔਰ ਚਰਚ ਦੇ ਵਿੱਚ ਆ ਰਹੇ ਆ ਪਾਸਟਰ ਜੀ ਤੁਸੀਂ ਪ੍ਰੋਫੈਸੀ ਕੀਤੀ ਕਿ ਤੁਸੀਂ ਹੀਲ ਹੋਣ ਜਾ ਰਹੇ ਆ ਪਾਸਟਰ ਜੀ ਇਸ ਪ੍ਰੋਫੈਸੀ ਨੂੰ ਇਹਨਾਂ ਨੇ ਬਾਏ ਫੇਥ ਆਪਣੇ ਲਈ ਗ੍ਰਹਿਣ ਕੀਤਾ ਪਾਸਟਰ ਜੀ ਸਭ ਤੋਂ ਪਹਿਲਾਂ ਆਪਾਂ ਉਸ ਪ੍ਰੋਫੈਟਿਕ ਡੈਕਲਰੇਸ਼ਨ ਨੂੰ ਸੁਣਾਂਗੇ मैं कानों को हुक्म देता हूं सुनो मैं आपके कानों को बोलता हूं सुनो बहरेपन की आत्मा चली जा बहरेपन की आत्मा चली जा बहरेपन की आत्मा चली जा गो राइट नाउ गो गो बहरेपन की आत्मा चली जा 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 चली जा चली जा चली जा प्रभु यीशु नासी के नाम में ਪਾਸਟਰ ਜੀ ਇਸ ਘੋਸ਼ਣਾ ਤੋਂ ਬਾਅਦ ਇਸ ਸਿਸਟਰ ਨੇ ਬਾਏ ਫੇਥ ਆਪਣੇ ਆਪ ਨੂੰ ਚੈੱਕ ਕੀਤਾ ਪਾਸਟਰ ਜੀ ਉਸ ਘੋਸ਼ਣਾ ਤੋਂ ਬਾਅਦ ਇਹਨਾਂ ਨੂੰ ਇੱਦਾਂ ਲੱਗਾ ਕਿ ਹੋਲੀ ਸਪਿਰਿਟ ਇਹਨਾਂ ਨੂੰ ਟੱਚ ਕੀਤਾ ਔਰ ਇਹਨਾਂ ਨੂੰ ਇਸ ਤਰ੍ਹਾਂ ਫੀਲ ਹੋਇਆ ਕਿ ਇਹਨਾਂ ਦੇ ਕੰਨਾਂ ਦੇ ਵਿੱਚੋਂ ਕੁਝ ਨਿਕਲ ਕੇ ਗਿਆ ਪਾਸਟਰ ਜੀ ਉਸੇ ਟਾਈਮ ਇਸ ਸਿਸਟਰ ਨੇ ਆਪਣੇ ਆਪ ਨੂੰ ਚੈੱਕ ਕੀਤਾ ਪਾਸਟਰ ਜੀ ਇਸ ਸਿਸਟਰ ਦਾ ਕੰਨ ਖੁੱਲ ਚੁੱਕਾ ਆ ਪਾਸਟਰ ਜੀ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਹਾਲੇਲੂਯਾ ਥੈਂਕਸ ਕਰੋ ਜ਼ੋਰ ਸੇ ਜ਼ੋਰ ਸੇ ਜ਼ੋਰ ਸੇ ਜ਼ੋਰ ਸੇ ਦੇਖਾਂਗੇ ਇਹਨਾਂ ਦੇ ਵੀਡੀਓ ਕਲਿੱਪ ਨੂੰ ਹਾਲੇਲੂਯਾ 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 ਯਿਸੂ ਮਸੀਹ ਕੀ ਜੈ ਜਿੰਦਾ ਸਵਰਗ ਮੇ ਹੈ ਜੋ ਜਲਦ ਆਨੇ ਵਾਲਾ ਹੈ ਹਾਲੇਲੂਯਾ ਹਾਲੇਲੂਯਾ ਥੈਂਕਸ ਕਰੋ ਜ਼ੋਰ ਸੇ ਪਰਮੇਸ਼ਰ ਕਾ ਪਾਸਟਰ ਜੀ ਆਪਾਂ ਗਵਾਹੀ ਇਹਨਾਂ ਦੇ ਮੂੰਹ ਤੋਂ ਸੁਣਾਂਗੇ ਖੁਦ ਓਕੇ ਸਾਰਿਆਂ ਨੂੰ ਜੈਮ ਸਿੱਧੀ ਪਾਪਾ ਜੀ ਨੂੰ ਜੈਮ ਸਿੱਧੀ ਮੰਮਾ ਜੀ ਨੂੰ ਜੈਮ ਸਿੱਧੀ ਸਭ ਤੋਂ ਪਹਿਲਾਂ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦਾਸ ਪਾਸਟਰ ਅੰਮ੍ਰਿਤ ਸੰਧੂ ਜੀ ਦੁਆਰਾ ਅੱਜ ਮੈਨੂੰ ਬਹਿਰੇਪਨ ਦੀ 25 ਸਾਲ ਤੋਂ ਬਹਿਰੇਪਨ ਦੀ ਗੰਦੀ ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ ਅਤੇ ਇਸ ਜਗ੍ਹਾ 'ਤੇ ਖੜੀ ਕੀਤਾ ਮੇਰਾ ਨਾਮ ਦਲਜੀਤ ਕੌਰ ਆ ਮੈਂ ਰਾਹੋਂ ਦੀ ਰਹਿਣ ਵਾਲੀ ਹਾਂ ਮੇਰੀ ਉਮਰ 25 ਸਾਲ ਦੀ ਆ ਮੈਨੂੰ ਬਚਪਨ ਤੋਂ ਹੀ ਖੱਬੇ ਕੰਨ ਤੋਂ ਸੁਣਦਾ ਨਹੀਂ ਸੀ ਪਹਿਲਾਂ ਤਾਂ ਮੈਂ ਸੋਚਦੀ ਸੀ ਕਿ ਇਹ ਨੋਰਮਲ ਪ੍ਰੋਬਲਮ ਆ ਫਿਰ ਇੱਕ ਦਿਨ ਮੈਂ ਆਪਣੇ ਕੰਨ ਦੇ ਵਿੱਚ ਹੇਅਰ ਪਿੰਨ ਫੇਰ ਲਈ ਜਿਸ ਦੀ ਵਜ੍ਹਾ ਨਾਲ ਮੇਰੇ ਕੰਨ 'ਚ ਪਾਣੀ ਆਉਣ ਲੱਗ ਗਿਆ ਮੈਂ ਡਾਕਟਰ ਨੂੰ ਦਿਖਾਇਆ ਪਾਣੀ ਆਉਣਾ ਤਾਂ ਬੰਦ ਹੋ ਗਿਆ ਪਰ ਮੇਰੇ ਕੰਨ 'ਚ ਮੈਨੂੰ ਸੁਣਦਾ ਬਿਲਕੁਲ ਹੀ ਨਹੀਂ ਸੀ ਮੈਂ ਫਿਰ ਹੋਰ ਡਾਕਟਰਸ ਨੂੰ ਵੀ ਦਿਖਾਇਆ ਅਤੇ ਮੈਨੂੰ ਡਾਕਟਰਸ ਕਹਿੰਦੇ ਸੀ ਕਿ ਕੁਝ ਨਹੀਂ ਹੋਇਆ ਤੇਰਾ ਕੰਨ ਬਿਲਕੁਲ ਠੀਕ ਆ ਪਰ ਮੈਨੂੰ ਸੁਣਦਾ ਨਹੀਂ ਸੀ ਜਿਹਦੀ ਵਜ੍ਹਾ ਨਾਲ ਮੈਨੂੰ ਬਹੁਤ ਸ਼ਰਮਿੰਦਗੀ ਝੱਲਣੀ ਪੈਂਦੀ ਸੀ ਮੈਨੂੰ ਸਾਰੇ ਕਹਿੰਦੇ ਸੀਗੇ ਕਿ ਤੂੰ ਬੋਲੀ ਆ ਮੇਰੇ ਨਾਲ ਦੀ ਫਰੈਂਡਸ ਵੀ ਮੈਨੂੰ ਬੋਲਦੀਆਂ ਸੀ ਕਿ ਤੂੰ ਬੋਲੀ ਆ ਤੈਨੂੰ ਇੱਕ ਕੰਨ 'ਚੋਂ ਸੁਣਦਾ ਨਹੀਂ ਹੈਗਾ ਮੈਨੂੰ ਬਹੁਤ ਬੁਰਾ ਫੀਲ ਹੁੰਦਾ ਸੀ 25/4/21 ਨੂੰ ਮੈਂ ਲਾਈਵ ਮੀਟਿੰਗ ਦੇਖ ਰਹੀ ਸੀ ਪਾਪਾ ਜੀ ਨੇ ਕਿਹਾ ਕਿ ਜਿਨ੍ਹਾਂ ਨੂੰ ਨਹੀਂ ਸੁਣਦਾ ਤੁਸੀਂ ਠੀਕ ਹੋਣ ਜਾ ਰਹੇ ਹੋ ਮੈਂ ਕਾਨੋ ਕੋ ਹੁਕਮ ਦੇਤਾ ਹੂੰ ਸੁਨੋ ਮੈਂ ਆਪਕੇ ਕਾਨੋ ਕੋ ਬੋਲਤਾ ਹੂੰ ਸੁਨੋ ਬਹਿਰੇਪਨ ਕੀ ਆਤਮਾ ਚਲੀ ਜਾ ਬਹਿਰੇਪਨ ਕੀ ਆਤਮਾ ਚਲੀ ਜਾ ਬਹਿਰੇਪਨ ਕੀ ਆਤਮਾ ਚਲੀ ਜਾ ਗੋ ਰਾਈਟ ਨਾਓ ਗੋ ਗੋ ਬਹਿਰੇਪਨ ਕੀ ਆਤਮਾ ਚਲੀ ਜਾ 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 ਚਲੀ ਜਾ ਚਲੀ ਜਾ ਚਲੀ ਜਾ ਪ੍ਰਭੂ ਯਿਸੂ ਨਾਸੀ ਕੇ ਨਾਮ ਮੇ ਅਤੇ ਉਸੇ ਟਾਈਮ ਮੈਨੂੰ ਲੱਗਾ ਮੇਰੇ ਕੰਨ 'ਚੋਂ ਕੁਛ ਨਿਕਲ ਕੇ ਗਿਆ ਆ ਮੈਂ ਆਪਣੇ ਕੰਨ ਨੂੰ ਚੈੱਕ ਕੀਤਾ ਮੇਰਾ ਕੰਨ ਬਿਲਕੁਲ ਠੀਕ ਹੋ ਚੁੱਕਿਆ ਸੀ ਹੁਣ ਮੈਨੂੰ ਬਿਲਕੁਲ ਸਾਫ਼ ਸੁਣਦਾ ਆ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਸੁਣਨ ਦੇ ਵਿੱਚ ਇਸ ਲਈ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਪਰਮੇਸ਼ਵਰ ਦੇ ਦਾਸ ਪਾਸਟਰ ਅੰਮ੍ਰਿਤ ਸੰਧੂ ਜੀ ਦਾ ਧੰਨਵਾਦ ਕਰਦੀ ਹਾਂ ਸਾਰਿਆਂ ਨੂੰ ਜੈਮ ਸਿੱਧੀ